लेटेस्ट अपडेट्स के लिए सब्सक्राइब करें नेशनल बस और साथ ही दबाएं बेल आइकन। आजकल विवाहित जीवन में आपसी कलह की वजह से काफी कड़वाहटें देखने को मिल रही हैं, जिसके चलते अनेकों खुशहाल परिवार या तो टूट चुके हैं या फिर पूरी तरह से बर्बाद हो चुके हैं। वहीं कुछ परिवार या तो घरेलू हिंसा का शिकार हो जाते हैं, तो वहीं कुछ परिवारों की महिलाएं दहेज प्रताड़ना की वजह से दहेज की बलि चढ़ जाती हैं। कुछ ऐसा ही एक मामला आया है सरहदी जिला से, जहां एक ससुराल पक्ष पर विवाहिता लड़की को दहेज प्रताड़ना की वजह से जहर देके मार देने की गंभीर आरोप लगे हैं। क्या है ये पूरा मामला, देखिए इस रिपोर्ट में। ਵੀ ਕੁੱਟਮਾਰ ਬਹੁਤ ਕਰਦੀ ਸੀ ਇਹਨਾਂ ਨਾਲ, ਅਤੇ ਵੀ ਹਰੇਕ ਚੀਜ਼ ਦੀ ਮੰਗ ਕਰਦੇ ਸੀ। ਫਿਰ ਉਹਨਾਂ ਨੇ ਮੋਟਰਸਾਈਕਲ ਦੀ ਮੰਗ ਕੀਤੀ ਸੀ ਜੀ, ਅਤੇ ਮੈਂ ਮੋਟਰਸਾਈਕਲ ਆਪਦੇ ਨਾਲ ਅਤੇ ਮੋਟਰਸਾਈਕਲ ਲੈ ਕੇ ਦਿੱਤਾ ਜੀ ਉਹਨੂੰ, ਅਤੇ ਮੋਟਰਸਾਈਕਲ ਵੀ ਉਹਨੇ ਤੋੜ ਕੇ ਅਤੇ ਏਜੰਸੀ 'ਚ ਖਿਲਾਰਤਾ ਸੀ ਜੀ। ਅਤੇ ਹੁਣ ਮੰਗ ਕਰਦਾ ਸੀ ਬੁਲਟ ਦੀ ਜੀ, ਅਤੇ ਜਿਹੜਾ ਬੁਲਟ ਮਤਲਬ ਕਿ ਨਹੀਂ ਦਿੱਤਾ ਜਾਂਦਾ ਸੀ ਉਹਨਾਂ ਉਹਦੀ ਮੰਮੀ ਤੋਂ, ਅਤੇ ਇਸ ਕਰਕੇ ਇਹਨਾਂ ਨੇ ਸਾਰੇ ਜੀਆਂ ਨੇ ਬਾਅਦ 'ਚੋਂ ਦੀ ਜਿਹੜੀ ਸੱਸ ਹੈ ਨਾ ਉਹਨੇ ਬਹੁਤ ਵੀ ਮਾਰਿਆ ਕੁੱਟਿਆ ਨੇ ਇਸੇ ਚੀਜ਼ ਲਈ ਵੀ ਦਾਜ ਲੈ ਕੇ ਆਓ। ਉਹਨਾਂ ਤੋਂ ਕਦੀ ਕੱਪੜੇ ਖਿੱਚ ਲੈਂਦੇ ਸੀ, ਕਦੀ ਚਾਦਰ ਖਿੱਚ ਲੈਂਦੇ ਸੀ, ਕਦੀ ਉਹਨੂੰ ਭੁੰਜੇ ਚਾਦਰ ਵਿਛਾ ਕੇ ਦੇ ਦਿੰਦੇ ਸੀ ਵੀ ਦਾਜ ਲੈ ਕੇ ਆਵੇ। ਇਸ ਕਰਕੇ ਮਾਰ ਕੁੱਟ ਕਰਦੇ ਸੀ, ਕੁੜੀ ਆਪਦੇ ਦਿਲ 'ਚ ਗੱਲਾਂ ਰੱਖਦੀ ਸੀ, ਦੱਸਦੀ ਨਹੀਂ ਸੀ ਕਿਸੇ ਨੂੰ ਛੇਤੀ। ਆਪਦੀ ਮੰਮੀ ਨੂੰ ਮਾੜਾ ਮੋਟਾ ਦੱਸਦੀ ਸੀ ਅਤੇ ਮੰਮੀ ਉਹਦੀ ਗੌਰ ਕਰਕੇ ਪੁੱਛ ਕੇ ਚਲੀ ਜਾਂਦੀ ਸੀ। ਬਾਅਦ 'ਚੋਂ ਫਿਰ ਨਹੀਂ ਉਹ ਇੱਕ ਵਾਰੀ ਪਿਆਰ ਨਾਲ ਹੋ ਜਾਂਦੇ ਸੀ, ਫਿਰ ਲੜਨ ਲੱਗ ਪੈਂਦੇ ਸੀ। ਇਸ ਕਰਕੇ ਇਹਨਾਂ ਨੇ ਫਿਰ ਬਸੰਤ ਦੇ ਵਿੱਚ ਕੁੜੀ ਨੂੰ ਜ਼ਹਿਰੀਲੀ ਕੋਈ ਚੀਜ਼ ਖਵਾ ਕੇ ਅਤੇ ਗਲ ਘੁੱਟਤਾ। ਉਹਨਾਂ ਦਾ ਕਹਿਣ ਦਾ ਮਤਲਬ ਇਹਨਾਂ ਫਾਹਾ ਲੈ ਲਿਆ, ਅਤੇ ਫਾਹੇ ਵਾਲੀ ਗੱਲ ਕੋਈ ਨਹੀਂ, ਉਹਦੇ ਮੂੰਹ 'ਚ ਜਦੋਂ ਅਸੀਂ ਦੇਖਿਆ ਝੱਗ ਬਹੁਤ ਨਿਕਲ ਰਹੀ। ਇੱਕ ਉਹਦੀਆਂ ਉਂਗਲਾਂ ਜਿਹੜੀਆਂ ਮਰੋੜੀਆਂ ਪਈਆਂ ਨੇ ਨੀਲ ਪਹਿਣ ਉਂਗਲਾਂ ਅਤੇ ਗੁੱਟਾਂ 'ਤੇ, ਸਾਨੂੰ ਇਹੀ ਲੱਗਦਾ ਵੀ ਉਹਨਾਂ ਨੇ ਕੁਛ ਜ਼ਹਿਰੀਲੀ ਚੀਜ਼ ਖਵਾ ਕੇ ਉਹਨੂੰ ਵੀ ਮਾਰ ਦਿੱਤਾ ਗਲ ਘੁੱਟ। ਅਤੇ ਪੁਲਿਸ ਨੇ ਮਾਮਲਾ ਦਰਜ ਕੀਤਾ। ਸਾਨੂੰ ਇਨਸਾਫ਼ ਚਾਹੀਦਾ ਗੁੜੀਆ ਵਾਸਤੇ, ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਵਾਸਤੇ। ਕਰੀਬ 2 ਸਾਲ ਤੋਂ ਸਾਕਸ਼ੀ ਲੜਕੀ ਦਾ ਵਿਆਹ ਹੋਇਆ ਸੀ। ਵਿਆਹ ਤੋਂ 2-4 ਮਹੀਨੇ ਬਾਅਦ ਹੀ ਲੜਾਈ ਕਲੇਸ਼ ਰੋਜ਼ ਦਾ ਚੱਲਦਾ ਸੀ ਇਹਨਾਂ ਦੇ ਘਰ ਦੇ ਵਿੱਚ। ਆਪਸ 'ਚ ਹੁੰਦਾ ਹੀ ਆਮ ਸਾਰਿਆਂ ਦੇ ਘਰ ਦੇ ਵਿੱਚ ਹੁੰਦਾ ਵਾ, ਪਰਦੇ ਪਾਉਂਦੇ ਰਹੇ ਆ ਉਹ, ਕਰਦੇ ਕਰਦੇ ਫਿਰ ਦਾਜ ਦਹੇਜ ਦੀ ਮੰਗ ਕਰਦੇ ਸੀ। ਫਿਰ ਮੋਟਰਸਾਈਕਲ ਮੰਗਿਆ, ਮੋਟਰਸਾਈਕਲ ਲੈ ਕੇ ਦਿੱਤਾ, ਪਿੱਛੇ ਜੇ ਮੋਬਾਈਲ ਵੀ ਲੈ ਕੇ ਦਿੱਤਾ 15,000 ਦਾ ਕਮੇਟੀ ਚੱਕ ਕੇ। ਬਸੰਤ ਵਾਲੇ ਦਿਨ ਕੁਛ ਜ਼ਹਿਰੀਲੀ ਚੀਜ਼ ਖਵਾ ਕੇ ਪਤਾ ਨਹੀਂ ਕੀ ਕੁੜੀ ਨਾਲ ਕਰਦੇ ਰਹੇ, ਮਾਰ ਕੁੱਟ ਕੀਤੀ ਆ, ਅਤੇ ਅਫਵਾਹ ਉਡਾਈ ਆ ਵੀ ਕੁੜੀ ਨੇ ਫਾਇਆ ਲੈ ਲਿਆ। ਫਾਹੇ ਵਾਲੀ ਤਾਂ ਕੋਈ ਇੱਦਾਂ ਦੀ ਕੋਈ ਗੱਲ ਹੀ ਨਹੀਂ ਹੈਗੀ ਸੀ। ਜਦੋਂ ਮੈਂ ਉੱਥੇ ਮੌਕੇ 'ਤੇ ਪਹੁੰਚਿਆ, ਕੱਲ੍ਹ ਪੋਸਟਮਾਰਟਮ ਹੋਇਆ ਸੀ, ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਸਭ ਕੁਝ ਆ ਜਾਣਾ। ਬਹੁਤ ਹੀ ਜ਼ਿਆਦਾ ਧੱਕਾ ਹੋਇਆ, ਬਹੁਤ ਹੀ ਮਾੜੀ ਗੱਲ ਕੀਤੀ। ਇਹ ਬਸਤੀ ਭੱਟੀਆਂ 'ਚ ਰਹਿਣ ਵਾਲੀ ਪਰਮਜੀਤ ਕੌਰ ਪਤਨੀ ਲੇਟ ਸੁਰਿੰਦਰ ਦੇ ਬਿਆਨਾਂ 'ਤੇ ਥਾਣਾ ਸਿਟੀ ਵਿੱਚ ਮੁਕੱਦਮਾ ਦਰਜ ਹੋਇਆ, ਜਿਸ ਮੁਤਾਬਕ ਉਹਦੀ ਲੜਕੀ ਸਾਕਸ਼ੀ ਪਿਛਲੇ 2 ਸਾਲ ਤੋਂ ਸਿਵਲ ਅਸਪਤਾਲ ਦੇ ਕੁਆਟਰਾਂ ਵਿੱਚ ਵਿਕਾਸ ਪੁੱਤਰ ਮਨੋਜ ਨਾਲ ਵਿਆਹੀ ਹੋਈ ਸੀ। ਉਹ ਅਕਸਰ ਹੀ ਦਾਜ ਦੇ ਖਾਤਰ ਉਹਨੂੰ ਉਹਦਾ ਸਹੁਰਾ ਪਰਿਵਾਰ ਤੰਗ ਪਰੇਸ਼ਾਨ ਕਰਦੇ ਸੀਗੇ, ਜਿਹਨੂੰ ਬੀਤੀ 21 ਨੂੰ ਸ਼ਾਮ 5 ਵਜੇ ਉਹਨਾਂ ਕੋਈ ਜ਼ਹਿਰੀਲੀ ਚੀਜ਼ ਖਵਾ ਦਿੱਤੀ ਸੀ, ਜਿਹਨੂੰ ਇਲਾਜ ਲਈ ਜਿਹੜਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾਖਲ ਕਰਵਾਇਆ ਸੀ, ਜਿੱਥੇ ਉਹਦੀ ਕੱਲ੍ਹ ਜਿਹੜੀ ਆ ਡੈਥ ਹੋ ਗਈ ਹੈ। ਜੋ ਉਹਦੀ ਮਾਤਾ ਪਰਮਜੀਤ ਕੌਰ ਦੇ ਬਿਆਨਾਂ 'ਤੇ ਉਹਦੇ ਸਹੁਰੇ ਪਰਿਵਾਰ ਜਿਹਦੇ 'ਚ ਉਹਦਾ ਘਰ ਵਾਲਾ ਵਿਕਾਸ, ਸਹੁਰਾ ਵਿਨੋਦ, ਸੱਸ ਸੀਮਾ, ਇੱਕ ਨਾਂ ਅਤੇ ਇੱਕ ਦਿਓਰ ਵੀ ਸ਼ਾਮਿਲ ਨੇ, 5 ਲੋਕਾਂ ਦੇ ਖਿਲਾਫ਼ ਜਿਹੜਾ ਮੁਕੱਦਮਾ 304B ਤਹਿਤ ਥਾਣਾ ਸਿਟੀ ਵੀ ਦਰਜ ਕਰਤਾ। ਫਰਦਰ ਤਫਤੀਸ਼ ਜਾਰੀ ਹੋ ਜਾਵੇ। ਨੈਸ਼ਨਲ ਬਸ ਕੇ ਲਿਏ ਫਿਰੋਜ਼ਪੁਰ ਸੇ ਪੰਕਜ ਕੁਮਾਰ ਕੀ ਰਿਪੋਰਟ। ਨੈਸ਼ਨਲ ਬਸ ਪਰ ਲੇਟੈਸਟ ਨਿਊਜ਼ ਔਰ ਐਂਟਰਟੇਨਮੈਂਟ ਵੀਡੀਓਜ਼ ਦੇਖਨੇ ਕੇ ਲਿਏ ਸਬਸਕ੍ਰਾਈਬ ਕਰੇਂ, ਲਾਈਕ ਕਰੇਂ, ਕਮੈਂਟ ਕਰੇਂ ਔਰ ਸ਼ੇਅਰ ਕਰੇਂ। ਥੈਂਕਸ ਫਾਰ ਵਾਚਿੰਗ।